ਜਿਹੜੇ 92 ਇਕੱਠੇ ਹੋਏ ਨਾ ਸਾ ਗੁਰਕੀਰਤ ਸਿੰਘ ਉਹ 52 53 ਤੇ ਸਾਡੇ ਨਾਲ ਤਾਲਮੇਲ ਚ ਨੇ 52 53 ਬਹੁਤਾ ਮਟੀਰੀਅਲ ਤੇ ਸਾਡਾ ਹੀ ਗਿਆ ਉਧਰ ਬਹੁਤ ਸਾਰਾ ਤੇ ਸਾਡੀ ਬੀ ਟੀਮ ਹੀ ਉੱਥੇ ਬੈਠੀ ਹੈ ਆ ਤਗੜੇ ਹੋ ਜਾਓ 13 ਸੀਟਾਂ ਸੀ ਲੜੀਆਂ ਜਾਂ 13 ਇਸ ਤੋਂ ਵੱਧ ਤੁਹਾਨੂੰ ਢੰਗ ਨਾਲ ਅਸੀਂ ਸਮਝਾ ਨਹੀਂ ਸਕਦੇ ਤੇ 13 ਤੋਂ 13 ਸੀਟਾਂ ਕਾਂਗਰਸ ਨੂੰ ਜਿਤਾ ਕੇ ਕੱਲੋ ਇਲੈਕਸ਼ਨ ਮੁੱਕਦੇ ਹੀ ਇਹ ਸਾਰਾ ਮਾਲ ਇਹਨਾਂ ਦਾ ਬਿਖਰ ਜਾਣਾ ਜੀ ਆ ਜਿਹੜੇ 92 ਇਕੱਠੇ ਹੋਏ ਨਾ ਸਾ ਗੁਰਕੀਰਤ ਸਿੰਘ ਉਹ 52 53 ਤੇ ਸਾਡੇ ਨਾਲ ਤਾਲਮੇਲ ਚ ਨੇ 52 53 ਬਹੁਤਾ ਮਟੀਰੀਅਲ ਤੇ ਸਾਡਾ ਹੀ ਗਿਆ ਉਧਰ ਬਹੁਤ ਸਾਰਾ ਤੇ ਸਾਡੀ ਬੀ ਟੀਮ ਹੀ ਉੱਥੇ ਬੈਠੀ ਹੈ ਹੌਲੀ ਜੀ ਕਰਕੇ ਰੋਜ਼ ਹੀ ਫੋਨ ਤੇ ਕਹਿ ਦਿੰਦੇ ਨੇ ਕਿ 5-4 ਮਹੀਨੇ ਕੱਢੋ ਪ੍ਰਧਾਨ ਜੀ ਅਸੀਂ ਤੁਹਾਡੇ ਕੋਲ ਵਾਪਸ ਆ ਜਾਣਾ ਰੰਧਾਵਾ ਸਾਹਿਬ ਤੇ ਇਸ ਗੱਲ ਤੇ ਗੁੱਸੇ ਬੜੇ ਹੋ ਗਏ ਨੇ ਤੇ ਜੇ ਸਮਾਨ ਵਾਪਸ ਨਾ ਆਇਆ ਫਿਰ ਆਪਾਂ ਨੂੰ 2.5-3 ਸਾਰ ਹੋਰ ਡੀਕਣਾ ਪੈਣਾ ਜੇ ਤੈਨੂੰ ਜੀ ਵੇਖ ਲਿਓ ਜੇ ਚਾਹੁੰਦੇ ਹੋ ਜਲਦੀ ਲੈ ਕੇ ਆਣਾ ਤੇ ਤਿਆਰ ਜੇ ਬਿਲਕੁਲ ਬਟ ਉਹਦੇ ਵਾਸਤੇ ਇੱਕੋ ਸ਼ਰਤ 13 ਦੀਆਂ 13 ਪਾਰਲੀਮੈਂਟ ਦੀਆਂ ਸੀਟਾਂ ਕਾਂਗਰਸ ਨੂੰ ਜਿਤਾਓ ਇਸ ਮਹਾਰਾਜੇ ਨੂੰ ਸਤਾਓ ਜੀ ਨੂੰ ਵੇਖੋ ਪਹਿਲੇ ਮਾਲਵੇ ਦੀ ਲੀਡਰਸ਼ਿਪ ਨੂੰ ਮੈਂ ਕਹਿਣਾ ਚੰਦ 4 ਇੱਥੇ ਰਿਆਸਤਾਂ ਸਨ ਰਾਜਾ ਜੀ ਸਿੱਧੂ ਬਰਾੜਾਂ ਦੀਆਂ ਤੁਸੀਂ ਸਿੱਧੂ ਬਰਾੜੀ ਸਿੱਧੂ ਬਰਾੜਾਂ ਦੀਆਂ 4 ਰਿਆਸਤਾਂ ਸੀ ਪਟਿਆਲਾ ਅੱਜ ਦਾ ਅਮਰਿੰਦਰ ਸਿੰਘ ਸੀ ਅਗਲੀ ਨਾਭੇ ਵਾਲੀ ਸੀ ਫਿਰ ਤੁਹਾਡੀ ਫਰੀਦਕੋਟ ਵਾਲੀ ਸੀ ਇੱਕ ਵਿੱਚ ਜੀਂਦ ਵਾਲੀ ਜਿਹਨੂੰ ਸੰਗਰੂਰ ਕਹਿੰਦੇ ਪੰਜਵਾਂ ਮਹਾਰਾਜਾ ਸਤੌਜ ਆਇਆ ਓਏ ਉਹਨਾਂ ਵੱਡਾ ਤਾਮ ਜਾਮ ਤੇ ਅਮਰਿੰਦਰ ਸਿੰਘ ਕੋਈ ਨਹੀਂ ਸੀ 123 ਗੱਡੀਆਂ ਭਗਵੰਤ ਮਾਨ ਦੇ ਕੈਵਲ ਕੈਡ ਚੱਲਦੀਆਂ ਗੱਡੀਆਂ ਦੇ ਨਾਲ 123 ਜਿਹੜੇ ਕਹਿੰਦੇ ਸੀ ਅਸੀਂ ਤੇ ਇੱਕ ਇੱਕ ਗੱਡੀ 'ਚ ਛੋਟੀ ਮਰੂਤੀ 'ਚ ਗੁਜ਼ਾਰਾ ਕਰਨ ਵਾਲੇ ਲੋਕ ਜਿਹੜੇ ਕਹਿੰਦੇ ਸੀ ਅਸੀਂ 2-2 ਕਮਰੇ 'ਚ ਗੁਜ਼ਾਰਾ ਕਰਾਂਗੇ 5 ਸਰਕਾਰੀ ਕੋਠੀਆਂ ਨੇ ਸਰਦਾਰ ਸਾਹਿਬ 5 ਸਰਕਾਰੀ 2-2 ਕਿੱਲਿਆਂ 'ਚ ਤੇ ਜਿੰਨਾ ਵੜਿੰਗ ਸਾਹਿਬ ਤੁਹਾਡੇ SSP ਨੂੰ ਮੈਂ ਰਾਹ 'ਚੋਂ ਫੋਨ ਕੀਤਾ ਉਹਨੂੰ ਮੈਂ ਪੁੱਛਿਆ ਸੀ ਤੁਹਾਡੇ ਕੋਲ ਪੂਰੀ ਨਫਰੀ ਕਿੰਨੀ ਜ਼ਿਲ੍ਹੇ 'ਚ ਮੁਕਤਸਰ ਜ਼ਿਲ੍ਹੇ ਦੇ ਵਿੱਚ 25 ਲੱਖ ਦੀ ਆਬਾਦੀ ਹੈ ਚੰਨੀ ਜੀ ਮੈਂ ਪੁੱਛਿਆ ਨਫਰੀ ਕਿੰਨੀ ਹੈ ਲੋਕਾਂ ਦਾ ਮਾਲ ਉਹਨਾਂ ਦੀ ਜ਼ਿੰਦਗੀ ਮਹਿਫੂਜ਼ ਕਰਨ ਵਾਸਤੇ ਕਹਿੰਦਾ ਬਾਜਵਾ ਸਾਹਿਬ ਸਾਡੇ ਕੋਲ 1100 ਬੰਦਾ ਨਫਰੀ ਕੱਲਾ ਭਗਵੰਤ ਮਾਨ ਕੱਲੇ ਕੋਲ ਉਹਦੀ ਘਰ ਦੀ ਕੋਲ ਉਹਨਾਂ ਦੇ ਮਾਤਾ ਜੀ ਕੋਲ ਉਹਨਾਂ ਦੀ ਭੈਣ ਜੀ ਕੋਲ 1100 ਸਿਪਾਹੀ ਦੇ DG ਤੱਕ ਜਿਹੜੇ ਉਹਨੂੰ ਗਾਰਡ ਕਰਦੇ 4 ਬੰਦਿਆਂ ਵਾਸਤੇ 1100 ਸਾਰੇ ਸਮੁੱਚੇ ਮੁਕਤਸਰ ਜ਼ਿਲ੍ਹੇ ਦੇ 25 ਲੱਖ ਬੰਦਿਆਂ ਵਾਸਤੇ 1100 ਦੀ ਨਫਰੀ